मीरा दे दी हार्ड वर्क ना साड़ी मेहनत ना 20 साल बाद सानू सिल्वर मेडल मिलिया, एक अलग अचीवमेंट आ। बड़ी सिंपल बच्ची आ जी, बहुत ही डिसिप्लिन आ। वर्ल्ड चैंपियन बनी तो उन्होंने गड्डी मिली, महिंद्रा ने गड्डी दिती। तो अभी कहा भी हूँ तू गड्डी जाएगा ना, वो कहती कोसा मैं नहीं गड्डी जाएगा ना, गड्डी उन्हें घर भी दी। वह होस्टल अपने साइकिल से आँदी, छोटी साइकिल ही रखी है जी उन्हें। 2014 तो अभी रेगुलेटर नहीं करवा रहे, रेगुलर मैं और चीफ साहब साढ़े विजय शर्मा जी, अभी दोनों ने बड़ा बाज किया भी 2016 असी रियो ओलंपिक भी गए, वो जिस हाल ही तक सा मैडल नहीं आया, एक साड़ी जर्क रह गई, मिस हो गई, नहीं तो साडा अभी उस ओलंपिक ही ब्रोंज मैडल देखा दावेदार से भी। ता जो असी फिर साड़ी फरवर 2016 तो असी पिछे नहीं हटे, 106 लैके जी 119 तक वर्ल्ड रिकॉर्ड किया। दूजिया भी ओलंपिक मैं करनिया ही हाँ, वो जी आप खरे उतरना चिंता ना, गोडे लेके जावे खड़ी ना। हाल ही भारत वास्ते एक बड़ी वड्डी खुशखबरी आई है, खुशखबरी आई है कि टोक्यो ओलंपिक्स के पहला जिहड़ा मैडल है वह भारत की झोली पाया गया मीराबाई चानो वालों। वेटलिफ्टिंग कैटेगरी में सिल्वर मैडल आया, पहला मैडल है भारत वास्ते। सो उसकी खुशी नूं होर दोहरी तीरे करदे होए गलबात करन लई अज असीं पहुंचे हाँ उन्हां दे सहायक कोच महाराजा रणजीत सिंह वार्ड नाल सन्मानित। आप 2 कॉमनवैल्थ गेम, 7-8 वार नैशनल गेम्स से कई प्राइज़ जीते ने, सारी उम्र इनफैक्ट कहीए कि प्राइज़ अते इनामां दे विच ही घिरे रहे हैं उन्हां दे सहायक कोच संदीप कुमार जी, जो कि बतौर पंजाब पुलिस विच सन 1994 तो नौकरी निभा रहे हैं, इस वक्त इंस्पैक्टर पद ते मौजूद ने। गलबात करते हैं संदीप जी, बहुत बहुत स्वागत है तुहाडा साडे दा समर न्यूज़ ते। थैंक यू जी। सो संदीप जी, काफ़ी ਵੱਡੀ ਪਟਾਰੀ ਰਹੀ ਹੈ ਤੁਹਾਡੇ ਕੋਲ ਇਨਾਮਾਂ ਨੂੰ ਲੈ ਕੇ, ਪ੍ਰਾਈਜ਼ ਨੂੰ ਲੈ ਕੇ, ਮੈਡਲਸ ਨੂੰ ਲੈ ਕੇ। ਸੋ ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ ਕਿ ਤੁਸੀਂ ਆਪਣੇ ਜਿਹੜੀ ਖੇਡ ਜੀਵਨ ਦੀ ਸ਼ੁਰੂਆਤ ਹੈ ਇਹ ਕਿਹੜੇ ਸੰਚ ਕੀਤੀ ਸੀ? ਮੈਂ 1999 ਵਿੱਚ ਸਟਾਰਟਿੰਗ ਕੀਤੀ ਬੜੇ ਪਿੰਡ ਤੋਂ ਹੀ, ਸਾਡੇ ਇੱਥੇ ਸੈਂਟਰ ਆ ਬੜੇ ਪਿੰਡ ਵਿੱਚ ਲਿਫਟਿੰਗ ਦਾ ਹੀ, ਉੱਥੇ ਵਿੱਚ ਮੈਂ ਜਾਣਾ ਸ਼ੁਰੂ ਕਰਤਾ ਜਦੋਂ ਮੈਂ 8ਵੀਂ 9ਵੀਂ 'ਚ ਪੜ੍ਹਦਾ ਸੀ। ਹੌਲੀ ਹੌਲੀ ਥੋੜ੍ਹੇ ਜਿਹੇ ਤਗੜੇ ਹੋ ਗਏ, ਫੁਆੜੇ ਕਾਲਜ ਸਾਡੇ ਹੈ ਉੱਥੇ ਚਲੇ ਗਏ, ਸਟੇਟ ਚੈਂਪੀਅਨ ਹੋ ਗਏ, ਨੈਸ਼ਨਲ ਚੈਂਪੀਅਨ ਹੋ ਗਏ। ਸਾਨੂੰ 1993 ਵਿੱਚ ਮੇਰਾ ਪਹਿਲਾਂ ਇੰਟਰਨੈਸ਼ਨਲ ਟੂਰ ਸੀ, ਅਸੀਂ USSR ਗਏ ਸੀ, ਅਤੇ 1994 ਦੇ ਵਿੱਚ ਮੈਂ ਪੰਜਾਬ ਪੁਲਿਸ ਜੁਆਇਨ ਕਰ ਲਈ ਐਜ ਬਤੌਰ ਏ ਕਾਂਸਟੇਬਲ। ਅਤੇ ਸਪੋਰਟ ਦਾ ਸਫ਼ਰ ਵਧੀਆ ਰਿਹਾ, ਉਹ ਵੀ ਨੈਸ਼ਨਲ ਚੈਂਪੀਅਨ ਬਣ ਗਏ 1994 'ਚ, ਵਿਦਨ ਇੱਕ ਮਹੀਨੇ ਦੇ ਵਿੱਚ ਨੈਸ਼ਨਲ ਚੈਂਪੀਅਨ ਬਣ ਗਏ। ਉਹਦੇ ਹੌਲਦਾਰ ਬਣਾਤਾ MS ਭੁੱਲਰ ਸਾਹਿਬ ਨੇ, ਬਸ ਇੱਦਾਂ ਹੀ ਦੌਰ ਚੱਲਦਾ ਰਿਹਾ ਵੀ ਇਸ। ਹੌਲੀ ਹੌਲੀ ਫਿਰ ਮੈਂ 94 ਵਿੱਚ ਕੌਮਾਂ ਗੇਮਸ ਗਿਆ, ਉਦੋਂ ਜਦੋਂ ਮੇਰਾ ਹਾਰਡਲੀ ਮੈਡਲ ਨਹੀਂ ਆਇਆ। 95 ਦੇ ਵਿੱਚ ਸਾਹਿਬ ਗੇਮ ਦੇ ਵਿੱਚ ਮੇਰਾ ਗੋਲਡ ਆ, ਫਿਰ ਮੈਂ 96 'ਚ ਆਪਣੇ ਓਲੰਪਿਕ ਗੇਮਸ ਹੋਈ ਆ USA ਦੇ ਵਿੱਚ ਟਰਾਂਟਾ, ਉੱਥੇ ਪਾਰਟੀਸਪੇਟ ਕੀਤਾ। ਰੈਗੂਲਰ ਜਿੱਦਾਂ ਮੇਰੀ ਪਰਫੋਰਮੈਂਸ ਅੱਪ ਜਾ ਰਹੀ, ਮੈਂ ਨੈਸ਼ਨਲ ਚੈਂਪੀਅਨ ਬਣਿਆ, 7 ਨੈਸ਼ਨਲ ਚੈਂਪੀਅਨ ਬਣਿਆ, 8, 1 ਸਿਲਵਰ, 1 ਬਰੋਂਜ, ਇੱਦਾਂ 9-10 ਨੈਸ਼ਨਲ ਖੇਲੀਆਂ ਮੈਂ। 98 ਦੇ ਵਿੱਚ ਮੈਂ ਫਿਰ ਕੌਮਨਵੈਲਥ ਗੇਮਸ ਗਿਆ, ਉਹਦੇ ਵਿੱਚ ਮੇਰਾ ਬਰੋਂਜ ਮੈਡਲ ਆਇਆ। ਅਤੇ ਆਪਣੇ ਹਾਂਜੀ 1999 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਗਿਆ, 1999 ਵਿੱਚ ਮੈਂ ਬੈਸਟ ਵੇਟ ਲਿਫਟਰ ਬਣਿਆ ਆਪਣੇ ਨੈਸ਼ਨਲ ਦਾ, ਇੰਡੀਆ ਦਾ। ਉਹਦੇ ਵਿੱਚ ਮੈਂ ਰਿਕਾਰਡ ਕੀਤੇ, ਉਹ ਮੇਰੇ ਰਿਕਾਰਡ 5-6 ਸਾਲ ਲਗਾਤਾਰ ਚੱਲੇ। ਉਹ ਠੀਕ ਹੈ ਸੀ, ਜੋ ਅਚੀਵਮੈਂਟ ਵਧੀਆ ਰਹੀ, ਚਲੋ ਜਿੱਦਾਂ ਦੀ ਵੀ ਸੀ ਸੋਹਣੀ ਸੀ, ਹੁਕਮ ਹੋਇਆ ਪਰਮਾਤਮਾ ਦਾ ਉਹਨਾਂ ਆਪਾਂ ਕੀਤਾ। ਹਾਂਜੀ, ਸੋ ਬਹੁਤ ਜ਼ਿਆਦਾ ਤੁਹਾਡਾ ਸੁਨਹਿਰੀ ਜੀਵਨ ਰਿਹਾ। ਹੁਣ ਗੱਲਬਾਤ ਕਰਦੇ ਹਾਂ ਇਸ ਵਕਤ ਜਿਹਨੂੰ ਤੁਸੀਂ ਕੋਚਿੰਗ ਦਿੱਤੀ ਹੈ, ਮੀਰਾਬਾਈ ਚਾਨੋ, ਜਿਹਨਾਂ ਦੀ ਉਮਰ ਤਕਰੀਬਨ 26 ਸਾਲ ਹੈ, ਅਤੇ ਉਸ ਟਾਈਮ ਕਿੰਨੇ ਸਾਲ ਦੇ ਹੋਣਗੇ ਜਾਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਤੁਹਾਡੇ ਕੰਟੈਕਟ 'ਚ ਆਏ ਹੈ ਅਤੇ ਤੁਸੀਂ ਉਹਨਾਂ ਨੂੰ ਤਰਾਸ਼ਿਆ? ਮੈਂ 2013 ਦੇ ਵਿੱਚ ਨੈਸ਼ਨਲ ਕੈਂਪ ਅਟੈਂਡ ਕੀਤੇ ਹਾਂ ਜੀ, ਉਹਦੇ ਵਿੱਚ 2013 ਦੇ ਵਿੱਚ ਸਾਨੂੰ ਉੱਥੇ ਸੀ ਆਏ, ਉਹ ਵੀ ਉਸੇ ਸਾਲ ਆਏ ਸੀ, ਅਸੀਂ ਵੀ ਉਸੇ ਸਾਲ ਗਏ ਜੀ। ਉਦੋਂ ਵੀ ਅਸੀਂ ਥੋੜ੍ਹਾ ਜਿਹਾ 2013 ਵਿੱਚ ਤਾਂ ਨਹੀਂ, ਅਸੀਂ ਥੋੜ੍ਹੀ ਜਿਹੀ ਟ੍ਰੇਨਿੰਗ ਦੇਖਦੇ ਰਹੇ, ਵਾਚ ਕਰਦੇ ਰਹੇ, ਅਸੀਂ ਇਹ ਜਦ ਵੀ ਲੜਕੀ ਅੱਛੀ ਆ, ਵੀ ਵਧੀਆ ਕਰਨ ਵਾਲੀ ਹੈ ਨਾ, ਕਿਉਂ ਇੱਕ ਬੋਡੀ ਦਾ ਪਤਾ ਲੱਗ, ਸਟਰਕਚਰ ਪਤਾ ਲੱਗ ਜਾਂਦਾ ਵੀ ਹਾਂ ਵੀ ਬੱਚਾ ਅੱਗੇ ਵਧਣ ਵਾਲਾ। ਫਿਰ 2014 ਵਿੱਚ ਗਲਾਸਕੋ ਕੌਮਨਵੈਲਥ ਗੇਮਸ ਗਏ ਹਾਂ, ਕੈਂਪ ਲਾਇਆ ਪਹਿਲਾਂ, ਉੱਥੇ ਵੀ ਟ੍ਰੇਨਿੰਗ ਕਰਾਈ, ਫਿਰ ਅਸੀਂ ਗਲਾ ਉਹਦੇ ਵਿੱਚ ਅਸੀਂ ਇਹਨੂੰ ਕੰਪਲੀਟ ਕਰਾਇਆ, ਸਾਨੂੰ ਇੰਨਾ ਵਧੀਆ ਕੰਪਲੀਟ ਕਰਾਉਣ ਲੱਗੇ, ਇੱਦਾਂ ਲੱਗਾ ਨਾ ਵੀ ਬੱਚਾ ਤਾਂ ਬਹੁਤ ਸ਼ੋਰ ਵਾਲਾ ਲਿਫਟ, ਸ਼ੋਰ ਲਿਫਟਿੰਗ ਵਾਲਾ। ਅਤੇ ਉਹ ਤੋਂ ਬਾਅਦ ਅਸੀਂ 2014 ਤੋਂ ਅਸੀਂ ਇਹਨੂੰ ਰੈਗੂਲੇਟਰ ਨਹੀਂ ਕਰਵਾ ਰਹੇ, ਰੈਗੂਲਰ ਮੈਂ ਔਰ ਚੀਫ ਸਾਹਿਬ ਸਾਡੇ ਵਿਜੇ ਸ਼ਰਮਾ ਜੀ, ਅਸੀਂ ਦੋਨਾਂ ਨੇ ਬੜਾ ਬਾਜ ਕੀਤਾ ਵੀ 2016 ਦੇ ਵਿੱਚ ਅਸੀਂ ਰੀਓ ਓਲੰਪਿਕ ਵੀ ਗਏ ਹਾਂ, ਉਹ ਜਿਸ ਹਾਲ ਹੀ ਤੱਕ ਸਾਡਾ ਮੈਡਲ ਨਹੀਂ ਆਇਆ, ਇੱਕ ਸਾਡੀ ਜਰਕ ਰਹਿ ਗਈ, ਮਿਸ ਹੋ ਗਈ, ਨਹੀਂ ਤਾਂ ਸਾਡਾ ਅਸੀਂ ਉਸ ਓਲੰਪਿਕ ਦੇ ਵਿੱਚ ਹੀ ਬਰੋਂਜ ਮੈਡਲ ਦੇ ਕੱਪ ਦਾਅਵੇਦਾਰ ਸੀ ਵੀ। ਹਾਂਜੀ, ਅਤੇ ਉਹ ਹੁਣ ਜਿਹੜੀ ਤੁਸੀਂ ਕਮੀ ਹੈ ਉਹ ਐਤਕੀ ਫਿਰ 2021 'ਚ ਪੂਰੀ ਕਰ ਲਈ ਆ?
2016 ਦੇ ਵਿੱਚ ਜਦੋਂ ਮੈਡਲ ਨਹੀਂ ਆਇਆ ਅਸੀਂ ਬੜੇ ਨਿਰਾਸ਼ ਹੋਏ ਵੀ ਹਾਂ ਅਸੀਂ ਇੰਨੀ ਮਿਹਨਤ ਕੀਤੀ ਹੈ। ਉਦੋਂ ਵੀ ਅਸੀਂ ਤਿੰਨ ਮਹੀਨੇ ਕੈਂਪ ਲਾਈ ਰੱਖਿਆ ਬੈਲ ਉੱਥੇ, ਅਤੇ ਬੱਚਾ ਵੀ ਅਪਸੈਟ ਹੋ ਗਿਆ, ਅਸੀਂ ਆਪ ਅਪਸੈਟ ਹੋ ਗਏ, ਸਾਡੇ ਸੈਕਟਰੀ ਸਾਹਿਬ ਸਾਡੇ ਨਾਲ ਸੀ, ਉਹ ਬੜਾ ਫੀਲ ਕਰਨਾ ਵੀ ਯਾਰ ਆਹ ਕੀ ਹੋ ਗਿਆ। ਫਿਰ ਅਸੀਂ ਸਾਰਿਆਂ ਨੂੰ ਪਹਿਲਾਂ ਬੱਚੇ ਨੂੰ ਕਵਰ ਕੀਤਾ ਵੀ ਬੇਟਾ ਕੋਈ ਗੱਲ ਨਹੀਂ, ਜਦੋਂ ਨਹੀਂ ਆਪਣੀ ਕਿਸਮਤ 'ਚ ਆਪਾਂ ਨਹੀਂ ਮਿਲਿਆ, ਪਰ ਆਪਾਂ ਨੈਕਸਟ ਟਾਈਮ ਜਿਹੜਾ ਨਾ 2020 ਦੇ ਵਿੱਚ ਜਿਹੜੀ ਓਲੰਪਿਕ ਹੋਣੀ ਆਪਾਂ ਉਹਦੇ ਵਿੱਚ ਇੱਦਾਂ ਕੁਛ ਕਰਨਾ ਵੀ ਉਹਨੂੰ ਅਸੀਂ ਕਵਰ ਕੀਤਾ, ਅਸੀਂ ਆਪਣੇ ਆਪ ਨੂੰ ਵੀ ਸੰਭਾਲਿਆ ਅਤੇ ਉਹਨੂੰ ਵੀ ਸੰਭਾਲਿਆ, ਤਾਂ ਜੋ ਅਸੀਂ ਉਹਨੂੰ ਫਿਰ ਸਾਡੀ ਫਰਵਰ 2016 ਤੋਂ ਅਸੀਂ ਪਿੱਛੇ ਨਹੀਂ ਹਟੇ। 2016 ਮੈਂ ਤੁਹਾਨੂੰ ਦੱਸਦਾ ਜੀ 106,000 ਕਿਵੇਂ ਸੋਈ ਸੀ ਸਾਡੇ ਕੋਲ ਉੱਥੇ, ਤਾਂ ਜੀ 106 ਨੂੰ ਲੈ ਕੇ ਜੀ 119 ਤੱਕ ਵਰਲਡ ਰਿਕਾਰਡ ਕੀਤਾ ਕਲੀਨ ਅਜਰਕ ਦਾ ਅਪ੍ਰੈਲ ਦੇ ਵਿੱਚ। 27 ਅਪ੍ਰੈਲ ਨੂੰ ਅਸੀਂ ਆਏ ਹਾਂ, 23-22 ਕੰਪਨੀ ਸੀ ਉਹਦਾ ਮੀਰਾ ਬਾਈ ਚਾਨੂ ਦਾ ਏਸ਼ੀਆ ਚੈਂਪੀਅਨ ਜਵਾਕਿਸਤਾਨ, 119 ਜਰਕ ਦਾ ਵਰਲਡ ਰਿਕਾਰਡ ਕਰਕੇ ਆਏ। 27 ਨੂੰ ਅਸੀਂ ਆ ਗਏ ਅਤੇ ਅਸੀਂ ਬੋਰੇ ਫਿਰ ਅਤੇ ਕੋਵਿਡ ਦਾ ਦੌਰ ਸ਼ੁਰੂ ਹੋ ਗਿਆ ਦੁਬਾਰਾ। ਫਿਰ 2 ਮਈ ਨੂੰ ਅਸੀਂ USA ਚਲ ਗਏ ਟ੍ਰੇਨਿੰਗ ਕੈਂਪ ਲਈ। ਅਸੀਂ ਗੌਰਮੈਂਟ ਨੂੰ ਕਿਹਾ, ਸਾਡੇ ਸੈਟੀ ਸਾਹਮਣੇ ਗੌਰਮੈਂਟ ਨੂੰ ਕਿਹਾ ਵੀ ਤੁਹਾਡੇ ਬੱਚੇ ਇਹਦੇ ਮੈਡਲ ਦੇ ਚਾਂਸ ਹੈਗੇ ਆ, ਤੁਸੀਂ ਇਹਨਾਂ ਬੱਚਿਆਂ ਨੂੰ ਕੋਚਾਂ ਨੂੰ ਅਤੇ ਬੱਚਿਆਂ ਨੂੰ ਬਾਹਰ ਭੇਜ ਦਿਓ। ਅਸੀਂ ਵੀ ਤਿੰਨੇ ਹੀ ਜਾਣੇ, ਮੈਂ ਚੀਫ ਸਾਹਿਬ ਸਾਡੇ ਅਤੇ ਮੀਰਾ ਬੱਚਿਆਂ ਨੂੰ, ਅਸੀਂ ਤਿੰਨੇ USA ਚਲ ਗਏ ਸੈਂਟਰ ਲਿਊ 'ਚ ਕੈਂਪ ਲਾ ਲਿਆ, ਉਸ ਤੋਂ ਬਾਅਦ ਸਿੱਧੇ ਅਸੀਂ ਓਲੰਪਿਕ ਗਏ। ਸੋ ਇਸ ਵਕਤ ਮੀਰਾ ਬਾਈ ਚਾਨੂ ਦੀ ਉਮਰ 26 ਸਾਲ ਹੈ, ਜਿਸ ਵਕਤ ਤੁਹਾਡੇ ਕੰਟੈਕਟ 'ਚ ਆਏ, ਸੰਪਰਕ 'ਚ ਆਏ, ਉਸ ਟਾਈਮ 16-17 ਸਾਲ ਦੇ ਆਸ ਪਾਸ ਹੋਣਗੇ, ਅਤੇ ਆਹ ਸਾਲਾਂ ਵਿੱਚ 8-9 ਸਾਲਾਂ 'ਚ ਉਹਨਾਂ ਦੇ ਪਰਿਵਾਰ ਵੱਲੋਂ ਕੀ ਸਹਿਯੋਗ ਰਿਹਾ ਆਪਣੇ ਬੱਚੇ ਨੂੰ? ਪਰਿਵਾਰ ਨੂੰ ਬੜਾ ਸਹਿਯੋਗ ਰਿਹਾ, ਬੜੇ ਪਿਆਰੀ ਫੈਮਿਲੀ ਆ ਜੀ, ਠੀਕ ਆ ਜੀ। ਕਦੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਹਾਂ ਤੁਸੀਂ ਇਹਨੂੰ ਘਰ ਭੇਜੋ, ਉਹਨਾਂ ਕਹਿੰਦਾ ਅਸੀਂ ਜੇ ਕਦੇ ਕਦੀ ਕਿਹਾ ਵੀ ਹੋਊਗਾ ਅਸੀਂ ਕਹਿੰਦੇ ਹਾਲੇ ਨਹੀਂ ਅਸੀਂ ਭੇਜ ਸਕਦੇ ਨਾ ਇਹਨੂੰ, ਚਲੋ ਸਭ ਕੋਈ ਗੱਲ ਨਹੀਂ। ਇਹਦੇ ਕਿਤੇ ਤਾਂ ਮੈਂ ਆਪਣੇ ਸਾਹਿਬ ਕੇ ਮੈਂ ਹੋਈ ਹਾਂ ਗੁਹਾਟੀ ਤੋਂ, ਉਹਨਾਂ ਦਾ ਨਜ਼ਦੀਕ ਪਿਆ ਪੜਦਾ ਮਨੀਪੁਰ, ਉਹਨਾਂ ਕਿਹੜੇ ਸਟੇਟ ਤੋਂ ਬਿਲੋਂਗ ਕਰਦੇ ਨੇ ਉਹ? ਮਨੀਪੁਰ ਤੋਂ ਬਿਲੋਂਗ ਕਰਦੇ ਗੁਹਾਟੀ। ਸਾਨੂੰ ਸਪੈਸ਼ਲ ਉਹਦੇ ਮਦਰ, ਉਹਦੇ ਫਾਦਰ ਔਰ ਉਹਦੇ ਸਿਸਟਰਾਂ ਸਾਨੂੰ ਮਿਲਣ ਆਈਆਂ ਉੱਥੇ, ਵੀ ਅਸੀਂ ਕੋਈ ਸਾਨੂੰ ਮਿਲ ਕੇ ਜਾਂਦਾ, ਨਾਲੇ ਉਹ ਮੀਰਾ ਨੂੰ ਮਿਲ ਕੇ ਗਏ ਨਾ ਸਾਨੂੰ ਮਿਲ ਕੇ ਗਏ, ਵੀ ਉਹ ਸਾਡਾ ਜਿੱਦਾਂ ਵੀ ਤੁਹਾਡੇ ਨਾਲ ਰਹਿੰਦੀ ਆ, ਸਾਡੇ ਗੱਲਾਂ ਬਾਤਾਂ ਕਰਦੀ ਆ, ਸਾਨੂੰ ਦੱਸਦੀ ਰਹਿੰਦੀ ਕੋਈ ਸਾਹਿਬ ਇੱਦਾਂ ਆ, ਕੋਈ ਸਾਹਿਬ ਵਧੀਆ ਟ੍ਰੇਨਿੰਗ ਕਰਵਾਉਂਦੇ, ਕੋਈ ਸਾਹਿਬ ਨਾ ਰਹਿੰਦੇ ਆ ਇੱਦਾਂ ਦਾ। ਚੀਫ ਸਾਹਿਬ ਦੀ ਬੜੇ ਬੜੀ, ਸਾਡੇ ਚੀਫ ਸਕੂਲ ਸਾਹਿਬ ਵੀ ਬੜੇ ਨਾਈਸ ਪਰਸਨ ਆ, ਬਹੁਤ ਬੱਚੇ ਦਾ ਖਿਆਲ ਰੱਖਦੇ ਆ, ਸਾਡਾ ਵੀ ਖਿਆਲ ਰੱਖਦੇ ਆ। ਹਾਂਜੀ, ਸੋ ਹੁਣ ਆਉਣ ਵਾਲੇ ਸਮੇਂ 'ਚ ਹੋਰ ਅਸੀਂ ਕੀ ਉਮੀਦਾਂ ਲਾ ਸਕਦੇ ਹਾਂ? ਆਉਣ ਵਾਲੇ ਸਮੇਂ 'ਚ ਹੋਰ ਉਮੀਦਾਂ ਲਾ ਸਕਦੇ ਹਾਂ ਜੀ। ਅਸੀਂ ਉਸ ਵੇਲੇ ਉਹਨੂੰ ਅੱਜ ਘਰ ਭੇਜਿਆ ਗੇਮਾਂ ਤੋਂ ਬਾਅਦ, ਤਾਂ ਅਸੀਂ ਉਹਨੂੰ ਕਿਹਾ ਵੀ ਸਾਡੀ ਜੋ ਅਸੀਂ ਮੈਂ ਉਹਦੀ ਕੌਂਸਲਿੰਗ ਕਰਦੇ ਸੀਗੇ ਜੀ, ਮੈਂ ਅਤੇ ਭਾਈ ਸਾਹਿਬ ਸਾਡੇ ਚੀਫ ਸਾਹਿਬ, ਵੀ ਦੇਖੋ 20 ਦੀਆਂ ਗੇਮਾਂ ਹੁੰਦੀਆਂ ਉਹਦੀਆਂ 21 'ਚ ਪਹੁੰਚ ਗਈਆਂ, ਮੋਰੇ ਕੌਣ ਗੇਮ ਆ ਗਈ, ਇਸ ਨੇ ਗੇਮਾਂ ਆ ਗਈ, 1 ਸਾਲ ਹੋ ਗਿਆ, ਨੈਕਸਟ ਈਅਰ ਮੈਂ ਓਲੰਪਿਕ ਗੇਮ ਤਿਆਰੀ ਹੋ ਜਾਣੀ ਆ, ਆਪਾਂ ਦੂਜੀਆਂ ਵੀ ਓਲੰਪਿਕ ਗੇਮਾਂ ਕਰਨੀਆਂ ਹੀ ਆ, ਉਹਦੇ ਵਿੱਚ ਆਪਾਂ ਖਰੇ ਉਤਰਨਾ, ਚਿੰਤਾ ਨਾ, ਆਪਾਂ ਗੋਲਡ ਹੀ ਲੈ ਕੇ ਜਾਵਾਂਗੇ ਸਾਡੀ ਨਾ। ਮੈਂ ਕਿਹਾ ਜੀ ਪਰਮਾਤਮਾ ਮਿਹਰ ਕਰੇ, ਖਰਾ ਸੋਨਾ ਵੀ ਉਹਨੇ, ਸੋਨਾ ਹੋਰ ਵੀ ਆਊਗਾ। ਕਈ ਵਾਰ ਕਿਹਾ ਜਾਂਦਾ ਕਿ ਜਿੰਨੀ ਵੀ ਗੇਮਾਂ ਹੁੰਦੀਆਂ ਨੇ, ਖਾਸ ਕਰ ਓਲੰਪਿਕ ਗੇਮਾਂ ਨੇ, ਇੱਥੇ ਜਿਹੜੇ ਕੋਚ ਨੇ ਉਹ ਫੋਰਨਰਸ ਚਾਹੀਦੇ ਨੇ, ਬਾਹਰਲੇ ਕੋਚ ਚਾਹੀਦੇ ਆ, ਪਰ ਜਿੰਨਾ ਕੁ ਸਾਡੀ ਨੌਲੇਜ 'ਚ ਹੈ ਕਿ ਸਿਰਫ ਇੱਕ ਵੇਟ ਲਿਫਟਿੰਗ ਹੀ ਹੈ ਜਿੱਥੇ ਤੁਸੀਂ ਤੁਹਾਡੇ ਨਾਲ ਸਿਰਫ ਇੰਡੀਅਨ ਕੋਚ ਸੀਗੇ, ਇਹ ਕਿੰਨਾ ਕੁ ਸੱਚ ਹੈ? ਇਹ ਸੱਚ ਆ ਜੀ, ਸਾਰੇ ਚਾਹੁੰਦੇ ਵੀ ਹਾਂ ਸਾਨੂੰ ਫੋਰਨ ਕੋਚ ਚਾਹੀਦਾ, ਪਰ ਸਾਡੇ ਉਹ ਬੇਟੀ ਨੇ ਕਦੀ ਇਹ ਨਹੀਂ ਕਿਹਾ ਮੈਨੂੰ ਫੋਰਨ ਕੋਚ ਚਾਹੀਦਾ। ਗੌਰਮੈਂਟ ਪਿੱਛੇ ਪ੍ਰਪੋਜ਼ਲ ਆਈ ਸੀ ਵੀ ਤੁਸੀਂ ਆਪਣਾ ਬਾਹਰੋਂ ਕੋਚ ਸੱਦ ਲਓ, ਪਰ ਉਹ ਲੜਕੀ ਕਹਿੰਦੀ ਜੇ ਮੇਰੀ ਹੁਣ ਵਧੀਆ ਪਰਫੋਰਮੈਂਸ ਚੱਲ ਰਹੀ ਆ, ਬਾਈ ਜੇ ਮੇਰੀ ਪਰਫੋਰਮੈਂਸ ਕੱਟ ਗਈ ਵੀ ਉਹ ਮੈਂ ਫੋਰਨ ਕੋਚ ਨੂੰ ਕੀ ਕਹੂੰਗੀ, ਇਹ ਮੇਰੇ ਕੋਚ ਹੈਗੇ ਪੁਰਾਣੇ ਨਾਲ ਲੱਗੇ ਟੱਚ ਆ ਰਾਈਟ, ਮੈਨੂੰ ਇਹਨਾਂ 'ਤੇ ਵਿਸ਼ਵਾਸ ਜ਼ਿਆਦਾ ਵੀ ਫੋਰਨਰ ਕੋਚ 'ਤੇ, ਮੈਨੂੰ ਮੈਂ ਨਹੀਂ ਸਮਝਦੀ ਮੈਂ ਉਹਦੇ ਕੋਲ ਵਧੀਆ ਕਰ ਸਕੂੰਗੀ। ਉਹਨੇ ਬਿਲਕੁਲ ਮਨਾ ਕਰਤਾ, ਸਾਡੇ ਸੈਟੀ ਸਾਹਿਬ ਨੇ ਮਨਾ ਕਰਤਾ, ਸੈਟੀ ਸਾਹਿਬ ਕਹਿੰਦੇ ਇਹਨਾਂ ਕੋਚਾਂ ਦੀ ਮੈਂ ਗਰੰਟੀ ਲੈਂਦਾ, ਗੌਰਮੈਂਟ ਨੂੰ ਕਿਹਾ ਸਪੈਸ਼ਲ ਵੀ ਇਹ ਬੱਚੇ ਖਰੇ ਉਤਰਨਗੇ, ਕਿਉਂ ਦਿਨ ਬਾਈ ਦਿਨ ਡੇ ਬਾਈ ਡੇ ਜੇਅਰ ਬਾਈ ਜੇਅਰ ਸਾਡੀ ਪਰਫੋਰਮੈਂਸ ਬਹੁਤ ਵਧੀਆ। 106 ਮਿਸ ਕੀਤੀ ਉੱਥੇ, ਜਦ ਕਿ ਅਸੀਂ 109 ਲੱਗ ਗਏ ਸੀ, 106 ਤੋਂ ਬਾਅਦ ਅਸੀਂ 119 ਦਾ ਵਰਲਡ ਰਿਕਾਰਡ ਕੀਤਾ, ਮੈਂ ਦੱਸਿਆ ਤੁਹਾਨੂੰ, ਔਰ ਅਸੀਂ 123 ਕਲੀਨ ਕੀਤੀ ਆ USA ਟ੍ਰੇਨ ਦੇ ਵਿੱਚ, ਸਾਡੇ ਸਾਰੇ ਕੋਈ ਰੈਕਡ ਪਏ ਆ, ਸਾਡੇ ਅਸੀਂ ਸਾਰਾ ਰੈਕਡ ਟ੍ਰੇਨਿੰਗ ਕਰਾ ਕੇ ਸਾਰੀ ਟ੍ਰੇਨਿੰਗ ਅਸੀਂ ਆਪਣੇ ਇੰਡੀਅਨ ਸੈਕਟਰੀ ਨੂੰ ਭੇਜਦੇ ਹਾਂ, ਉਹ ਸਾਡੇ ਕੋਲ ਮੰਗਦੇ ਆ, ਜਿੰਨਾ ਸਾਡੇ ਕੋਲ ਰਿਕਾਰਡ ਹੈ ਬੱਚੇ ਦਾ ਉਨਾ ਉਹਨਾਂ ਕੋਲ ਰਿਕਾਰਡ ਹੈ ਬੱਚੇ ਦਾ। ਮੀਰਾ ਦੇ ਹਾਰਡ ਵਰਕ ਨਾਲ, ਸਾਡੀ ਮਿਹਨਤ ਨਾਲ ਇਹ ਮੈਡਲ ਇੰਡੀਆ ਨੂੰ ਦਾਦੇ ਨਾ ਵਧੀਆ ਅਤੇ ਸੁਨਹਿਰਾ ਮੈਡਲ ਮਿਲਿਆ, ਵੀ ਆਪਣਾ ਸਿਲਵਰ ਮੈਡਲ ਸਾਡੀ ਵੇਟ ਲਿਫਟਿੰਗ ਦੇ ਵਿੱਚ, ਇੱਕ ਬ੍ਰੌਂਜ਼ ਮੈਡਲ ਆਈ 2000 ਦੇ ਵਿੱਚ ਰਾਈ, ਹੁਣ 20 ਸਾਲਾਂ ਬਾਅਦ ਸਾਨੂੰ ਸਿਲਵਰ ਮੈਡਲ ਮਿਲਿਆ, ਇੱਕ ਅਲੱਗ ਅਚੀਵਮੈਂਟ ਆ, ਠੀਕ ਹੈ ਜੀ। ਇਹ ਸਿਰਫ ਜੇ ਵੀ ਬਾਹਰ ਫੋਰਨ ਕੁਝ ਬਣਾ ਤਾਂ ਬਾਅਦ ਜੇ ਪਰਫੋਰਮੈਂਸ ਡਾਊਨ ਚੱਲ ਜਾਂਦੀ, ਕੌਣ ਜਿੰਮੇਵਾਰ ਸੀ?
ਸੋ ਦੁਬਾਰਾ ਆਪਾਂ ਸਟਾਰ ਪਰਫੋਰਮਰ ਦੀ ਗੱਲ ਕਰਦੇ ਹਾਂ, ਸਿਲਵਰ ਮੈਡਲ ਜੇਤੂ ਮੀਰਾ ਬਾਈ ਚਾਨੂ ਦੀ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਉਹਨਾਂ ਦੇ ਜ਼ਿੰਦਗੀ ਦੇ ਚਾਨਣਾ ਪਾਓ। ਉਹਦਾ ਬੜੀ ਸਿੰਪਲ ਬੱਚੀ ਆ ਜੀ, ਬਹੁਤ ਹੀ ਡਿਸਿਪਲਿਨ ਆ ਸਪੋਰਟਸ ਦੇ ਲਈ, ਆਪਣੇ ਉਹਦਾ ਰਹਿਣ ਸਹਿਣ ਲਈ, ਜਦੋਂ ਉਹਨੇ ਡਾਇਟ ਖਾਣੀ ਹੈ ਡਾਇਟ ਦੇ ਟਾਈਮ ਡਾਇਟ, ਟ੍ਰੇਨਿੰਗ ਤੋਂ ਟ੍ਰੇਨਿੰਗ, ਰੈਸਟ ਦੇ ਟਾਈਮ ਰੈਸਟ। ਜੇ ਤੁਸੀਂ ਉਹ ਕਹਿ ਦਿਓ ਉਹਦਾ, ਅਸੀਂ 9 ਵਜੇ ਤੋਂ ਬਾਅਦ ਕਦੀ ਉਹਨੂੰ ਔਨਲਾਈਨ ਹੀ ਦੇਖਿਆ, ਅਤੇ ਸਾਡੇ ਹੋਰ ਵੀ ਸਟੂਡੈਂਟ ਆ ਮੁੰਡੇ ਆ ਲੜਕੇ, ਜਦੋਂ ਕਦੇ 10-11 ਵਜੇ ਉੱਠ ਕੇ ਦੇਖੀਦਾ, ਕਈ ਔਨਲਾਈਨ ਬੈਠੇ ਤੇ ਫੋਨ ਕਰੀਦਾ ਕੈਂਪ ਜੋ ਤੁਸੀਂ ਔਨਲਾਈਨ ਬੈਠੇ, ਪਰ ਉਦੋਂ ਅਸੀਂ ਵਿੱਚ ਕਦੀ ਵੀ 9 ਵਜੇ ਤੱਕ ਕਦੀ ਔਨਲਾਈਨ ਨਹੀਂ ਦੇਖਿਆ। 9 ਵਜੇ ਬੈੱਡ ਟਾਈਮ ਹੈ ਉਹਦਾ, ਫੋਨ ਸਾਇਲੈਂਟ ਹੋ ਜਾਂਦਾ, ਸਵੇਰ ਨੂੰ ਉੱਠਣਾ ਉਹਨੂੰ। ਵਰਲਡ ਚੈਂਪੀਅਨ ਬਣੀ, ਮੈਂ ਦੱਸਦਾ ਇੱਕ ਗੱਲ, ਵਰਲਡ ਚੈਂਪੀਅਨ ਬਣੀ ਤਾਂ ਉਹਨੂੰ ਗੱਡੀ ਮਿਲੀ, ਮਹਿੰਦਰਾ ਵਾਲੇ ਨੇ ਗੱਡੀ ਦਿੱਤੀ, ਤਾਂ ਅਸੀਂ ਕਿਹਾ ਵੀ ਹੁਣ ਤੂੰ ਗੱਡੀ 'ਚ ਆਇਆ ਕਰਨਾ, ਉਹ ਕਹਿੰਦੀ ਕੁਛ ਮੈਂ ਨਹੀਂ ਗੱਡੀ 'ਚ ਆਇਆ ਕਰਨਾ, ਉਹ ਗੱਡੀ ਉਹਨੇ ਘਰ ਵੀ ਦਿੱਤੀ। ਉਹ ਹੋਸਟਲ ਦੇ ਵਿੱਚੋਂ ਆਪਣੇ ਸਾਈਕਲ 'ਤੇ ਆਉਂਦੀ, ਛੋਟੀ ਸਾਈਕਲ ਹੀ ਰੱਖੀ ਆ ਜੀ ਉਹਨੇ, ਸਾਈਕਲ ਹੀ 'ਤੇ ਆਉਣਾ, ਟ੍ਰੇਨਿੰਗ ਕਰਨੀ ਆਪਣੇ ਹੋਸਟਲ, ਸੋਨਾਬਾਦ ਲੈਣ ਆਉਣਾ ਆਪਣੀ ਸਾਈਕਲ ਹੀ 'ਤੇ। ਉਹ ਨਿਵੇ ਲੋਕ ਸਾਈਕਲ ਆ ਆਪਣੀ ਬਾਈਕ ਉੱਤੇ ਆਉਂਦੀ, ਉਹ 'ਤੇ ਵੈਰੀ ਸਿੰਪਲ ਬੱਚਾ, ਇੰਨਾ ਮੈਂ ਕੋਈ ਬੱਚਾ ਸੰਸੀਰ ਨਹੀਂ ਦੇਖਿਆ ਵੀ ਹਾਂ ਵੀ ਮੈਂ ਗੇਮ ਪ੍ਰਤੀ। ਹੁਣ ਵੀ ਅਸੀਂ ਉਹਨੂੰ ਇਹੀ ਕਿਹਾ ਵੀ ਆਪਾਂ ਹਾਲੇ 1 ਮੈਰਿਡ ਆ, ਮੈਂ ਕਿਹਾ ਬੇਟਾ ਵੀ ਆਪਾਂ 3-4 ਸਾਲ ਹੋਰ ਪਏ, ਆਪਾਂ ਵਿਆਹ ਆਪਣੀ ਦੂਜੀ ਓਲੰਪਿਕ ਤੋਂ ਬਾਅਦ ਹੀ ਕਰਨਾ। ਕਹਿੰਦੀ ਉਸਾ ਗੱਲੇ ਕੋਈ ਨਹੀਂ, ਜਿੱਦਾਂ ਅਸੀਂ ਦੇਖੋਗੇ ਉੱਦਾਂ ਅਸੀਂ ਤੁਹਾਡੀ ਗੱਲਾਂ 'ਤੇ ਮੈਂ ਖਰੀ ਉਤਰੂੰਗੀ, ਅਤੇ ਮੈਂ ਤੁਹਾਡੇ ਜਿੱਦਾਂ ਦੀ ਕਹੋਗੇ ਮੈਂ ਉੱਦਾਂ ਕਰੀ ਆਪਾਂ। ਮੈਂ ਕਿਹਾ ਇੱਕ ਗੋਲਡ ਲੈ ਲਈਏ, ਲਾਂ ਵੀ ਇੱਕ ਹਿਸਟਰੀ ਬਣਾ ਦਈਏ, ਅਤੇ ਚਲੋ ਸਾਡਾ ਬੱਚੇ ਨੇ ਸਾਥ ਦਿੱਤਾ। ਉਹ ਕਹਿੰਦੀ ਕੋਈ ਗੱਲ ਨਹੀਂ, ਇਸ ਵੇਲੇ ਤਾਂ ਮੈਂ ਉਹਨੂੰ ਇਹੀ ਸਮਝਾ ਕੇ ਭੇਜਿਆ ਮੈਂ ਔਰ ਚੀਫ ਸਾਹਿਬ ਨੇ ਸਾਡਿਆਂ ਨੇ, ਬਹੁਤ ਵਧੀਆ ਬੱਚਾ ਜੀ, A1 ਬੱਚਾ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਗੁਰ ਅਤੇ ਸ਼ਿਸ਼ਿਆ, ਜਿਹੜਾ ਗੁਰੂ ਅਤੇ ਸ਼ਿਸ਼ਿਆ ਹੁੰਦੇ ਆ, ਇਹਨਾਂ ਦੀ ਆਪਸ ਵਿੱਚ ਇੱਕ ਅਨੋਖੀ ਜਿਹੀ ਅਟੈਚਮੈਂਟ ਹੁੰਦੀ ਹੈ, ਇੱਕ ਅਲੱਗ ਜਿਹੀ ਅੰਡਰਸਟੈਂਡਿੰਗ ਹੁੰਦੀ ਹੈ। ਕਹਿੰਦੇ ਆ ਜਦੋਂ ਸ਼ਿਸ਼ਿਆ ਪ੍ਰੈਕਟਿਸ ਕਰਦਾ ਹੁੰਦਾ ਤਾਂ ਗੁਰੂ ਦੀ ਅੱਖ ਵੱਲ ਦੇਖ ਲੈਂਦਾ, ਗੁਰੂ ਜਦੋਂ ਅੱਖ ਦਾ ਇਸ਼ਾਰਾ ਕਰਦੇ ਆ ਤਾਂ ਸ਼ਿਸ਼ ਸਮਝ ਜਾਂਦਾ ਕਿ ਮੈਂ ਕਿਹੜੀ ਡਾਇਰੈਕਸ਼ਨ 'ਚ ਜਾਣਾ ਅਤੇ ਮੈਂ ਕੀ ਕਰਨਾ। ਸੋ ਮੀਰਾ ਬਾਈ ਚਾਨੋ ਨੂੰ ਜੋ ਗੁਰੂ ਮਿਲੇ ਨੇ, ਸਹਾਇਕ ਗੁਰੂ ਸੰਦੀਪ ਕੁਮਾਰ, ਮਹਾਰਾਜਾ ਰਣਜੀਤ ਸਿੰਘ ਵਾਡੀ, ਆਪ ਕਾਮਨਵੈਲਥ ਗੇਮਸ 'ਤੇ ਕਈ ਵਾਰ ਨੈਸ਼ਨਲ, ਕਈ ਮੈਡਲ, ਕਈ ਪ੍ਰਾਈਜ਼ ਜਿੱਤਣ ਵਾਲੇ ਸੰਦੀਪ ਕੁਮਾਰ ਪੰਜਾਬ ਦੇ ਬੜਾ ਪਿੰਡ ਦੇ ਵਸਨੀਕ ਨੇ। ਸੋ ਬਹੁਤ ਵੱਡਾ ਨਾਮ ਹੈ ਉਹਨਾਂ ਦਾ, ਬਤੌਰ ਇਸ ਵਕਤ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਪਦ 'ਤੇ ਨੌਕਰੀ ਵੀ ਕਰ ਰਹੇ ਹੈ, ਅਤੇ ਕਿਤੇ ਨਾ ਕਿਤੇ ਬਹੁਤ ਵੱਡੀ ਦੇਸ਼ ਦੀ, ਕੌਮ ਦੀ ਸੇਵਾ ਕਰ ਰਹੇ ਹੈ, ਕਿਉਂਕਿ ਪੁਲਿਸ ਦੀ ਨੌਕਰੀ ਨਾਲ ਦੇ ਨਾਲ ਬੀਇੰਗ ਕੋਚ, ਜਿਹੜੇ ਆਪਣੇ ਸ਼ਿਸ਼ਿਆ ਨੇ ਉਹਨਾਂ ਨੂੰ ਤਿਆਰ ਕਰਨਾ ਤਾਂ ਕਿ ਓਲੰਪਿਕਸ ਵਿੱਚ ਜਾ ਕੇ ਮੈਡਲ ਲੈ ਸਕਣ, ਜੋ ਐਤਕੀ ਹੋਇਆ। ਅਤੇ ਉਹਨਾਂ ਨੇ ਐਤਕੀ ਦਾਅਵਾ ਵੀ ਕੀਤਾ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਜਿਸ ਤਰ੍ਹਾਂ ਉਹਨਾਂ ਦੇ ਸ਼ਿਸ਼ਿਆ ਉਹਨਾਂ ਦੀ ਗੱਲ ਮੰਨਦੇ ਆ, ਤਾਂ ਆਉਣ ਵਾਲੀਆਂ ਖੇਡਾਂ ਦੇ ਵਿੱਚ ਸਿਲਵਰ ਤੋਂ ਉੱਪਰ ਹੋ ਕੇ, ਪ੍ਰਮੋਟ ਹੋ ਕੇ ਗੋਲਡ ਮੈਡਲ ਵੀ ਜ਼ਰੂਰ ਲਵਾਂਗੇ। ਸੋਨਾ ਯਾਨੀ ਖਰਾ ਸੋਨਾ ਸ਼ਿਸ਼ਿਆ ਹੈ, ਅਤੇ ਸ਼ਿਸ਼ਿਆ ਜਿਹੜਾ ਹੈਗਾ ਖਰਾ ਸੋਨਾ, ਉਹ ਸੋਨੇ ਦਾ ਮੈਡਲ ਯਾਨੀ ਗੋਲਡ ਮੈਡਲ ਜ਼ਰੂਰ ਜਿੱਤੂਗਾ। ਇਹ ਕੌਨਫੀਡੈਂਸ ਹੈ, ਇਹ ਵਿਸ਼ਵਾਸ ਹੈ ਕੋਚ ਸੰਦੀਪ ਕੁਮਾਰ ਜੀ ਦਾ। ਕੈਮਰਾਮੈਨ ਬਲਵਿੰਦਰ ਸਿੰਘ ਗੋਲਡੀ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਦਾ ਸਮਰ ਨਿਊਜ਼। ਵਧੇਰੇ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ, ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ, ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।